और अपना थंबनेल किया होगा हाउ टू ओपन एनआरआई अकाउंट इन एसबीआई बैंक। खा के ना निक्की जी गोली मांग मी किसी तो एवं सारा दिन लगाइए जी बोली जाना ओ यार चाह तो फिर हो जाए कैडी जी है। वेलकम बैक जी थोड़ा साढ़े डूरो चैनल दे विच आपां थोड़ा कर रहे स्वागत बहुत तहे दिलों ठीक है जी। तो आपां एफर्ट भी पाउने आ व्लॉग बनाउण दे विच थोनू शायद पसंद आउंदे आ जां नहीं आउंदे अगर पसंद आउंदे आ तां तुसीं मतलब के लाइक जरूर कर दिया करो सबसक्राइब कर लिया करो है ना बड़ी मेहरबानी। यह बंदा हुणी इहनूं मैं लैके चले हुणी नाल लैके चले हां साडा काम हैगा अज मेरा एनआरआई अकाउंट हुंदा सी क्योंकि मेरा इंडिया च बनाया होया गया गुम ते हुण मैं उत्थे जाऊंगा तां ओह नवा रीन्यू होगा क्यों उसने में ते चलते केड़ी बैंक च इन्हें खुलवाया होया वा जरूरी हुंदा मतलब थोड़े को कित्थे फिरदा यार तू हैं ते बहुत हैं मगर मगर तुरिया होता ते मैं यार की रिक्वायरमेंट आ वैसे मैं डॉक्यूमेंटेशन तो चक लिया सारी लाइक पासपोर्ट फोटो जो भी लैटर बटर चाहिए होंदा पुराना अकाउंट करांगे आपां डीएक्टिवेट नवा इन कर लांगे एक्टिवेट अगर उन्होंने कोई अडिशनल डॉक्यूमेंट ना मंगया था मतलब जिमें कह दिए भी हम मेरे को आधार कार्ड है नहीं है ना अरे अंधेरा कहाँ से आ गया इदा करके कहानियां हम चलें आप उत्थे फिर तुसी साडे नाल नाल ओके बाबा इहदा ढिड भरना बहुत जरूरी है इहदा इहदा फूड मिलता इत्थों हूँ ये पवावे पवावे आप वधिया जिहा तेल क्यों सुनियो बटर नान या चिकन नान या कुछ भी इदा वधिया तेल पावे जिहड़े खुश होके ये चले ये सानू रोड़ां दे उत्ते सलाम करे ये है ना ये सानू सीसा दे भी वो मेरे मालको वो तुसी अज इन्ना पेट्रोल पवा छड्डे मेरे च चलो हुण आ तां तुहानू शोशेबाजी करके दिखा दी असीं ते फिर मिला गाना एस बी आई मुंडा कल देखिए ना कार्ड कार्ड कट्ठा भरा लिया टैंक ते टैंक करा लिया फुल ठीक है ते हुण नहीं मुकदा दो दिन ये बाद ही बाद देखांगे फिर है ना जिदन मुकया उदन फिर टैंक फुल करा लेना ਇਦਾਂ ਪੈਂਦੀ ਹੈ ਕਹਾਣੀ ਤੁਹਾਨੂੰ ਕੀ ਪਤਾ ਸਾਡੇ ਬਾਰੇ ਸਾਡੇ ਬਾਰੇ ਜਾਣਨਾ ਨਾ ਡੋੜਾਂ ਤੇ ਆਉਣਾ ਪੈਣਾ ਤੁਹਾਨੂੰ ਤੇ ਚਲੋ ਹੋਰ ਗੱਲਬਾਤ ਸੁਣਾ ਸਰੇ ਸਲੀਮ ਹੈ ਬਈ ਗੱਲਾਂ ਬਾਤਾਂ ਹੌਲੀ ਹੌਲੀ ਹੋਣਗੀਆਂ ਬਈ ਯਾਰ ਇਹ ਬਹੁਤ ਸਲੋ ਆ ਇਹ ਕੋਈ ਗੱਲਬਾਤ ਇਹਨੂੰ ਕਦੇ ਨਹੀਂ ਆਈ ਇਹਨੂੰ ਟਾਈਮ ਲੱਗਦਾ ਇਹਦਾ ਇੰਜਣ ਬਹੁਤ ਪੁਰਾਣਾ ਇਹ ਕਦੇ ਨਹੀਂ ਕਹਿੰਦਾ ਠੀਕ ਆ ਭਾਈ ਹਾਂ ਇਦਾਂ ਉਦਾਂ ਗੱਲਬਾਤ ਦਾ ਬਹੁਤ ਆ ਗੱਲ ਸੁਣਾਓ ਹਾਂ ਇਹ ਕਿਵੇਂ ਕੋਈ ਸਟਾਰਟ ਹੋ ਜੂਗਾ ਯਾਰ ਇਦਾਂ ਹੀ ਹੁੰਦੀ ਹੁੰਦੀ ਗੱਲ ਦਾ ਸਾਥ ਹੋ ਗਈ ਹੈ ਯਾਰ ਇਦਾਂ ਹੀ ਹੁੰਦੀ ਹੁੰਦੀ ਅਸਲੀ ਗੱਲ ਦਾ ਤੈਨੂੰ ਮੈਂ ਜਦ ਪੁੱਛਿਆ ਤੂੰ ਹਾਂ ਭਾਈ ਉਹ ਗੱਲ ਸੁਣਾ ਠੀਕ ਆ ਭਾਈ ਹੋਰ ਸਭ ਸਾਰਾ ਕੁਝ ਵਧੀਆ ਚੱਲੀ ਜਾ ਰਿਹਾ ਗੱਲ ਥੋੜੀ ਹੁੰਦੀ ਪੰਜਾਬ ਦੇ ਮਾਹੌਲ ਦੇ ਕਿੰਨੇ ਵਧੀਆ ਚੱਲ ਵੀਡੀਓ 'ਚ ਗੱਲ ਕਰਨੀ ਕੋਈ ਵੀ ਤੂੰ ਮਤਲਬ ਗੱਲ ਦੱਸ ਸਕਦਾ ਮੈਨੂੰ ਤੂੰ ਮੈਂ ਵੀਡੀਓ ਦੀ ਕੁਝ ਨਹੀਂ ਕਰਦਾ ਤੂੰ ਕਿਹੜਾ ਫੀ ਤੂੰ ਕਿਹੜਾ ਫੀਮ ਦੀ ਗੋਲੀ ਖਾਣੀ ਆ ਨਹੀਂ ਭਾਈ ਹਜੇ ਨਹੀਂ ਥੋੜਾ ਟਾਈਮ ਠਹਿਰ ਕੇ ਬਣਾਉਂ ਗੱਲਾਂ ਚਾਹ ਪੀਂ ਦੇ ਬੋਲੀ ਜਾਣਾ
ਉਹ ਯਾਰ ਚਾਹ ਤਾਂ ਫਿਰ ਹੋ ਜੇ ਕਿਹੜੀ ਜੀ ਹੈ ਬੰਦਾ ਖਾਵੇ ਜਾਂ ਕਿਸੇ ਕੋਲ ਹੋਣ ਹਨਾ ਨਹੀਂ ਕੋਈ ਨੀ ਖਾਂਦਾ ਬੰਦਾ ਚਿੱਟੇ ਵਾਲੇ ਮਿਲੂਗਾ ਨਸ਼ੇ ਵਾਲਾ ਹੋ ਗਿਆ ਰੱਬ ਬਚਾਵੇ ਉਹ ਭਾਈ ਨਸ਼ਿਆਂ ਤੋਂ ਤੇ ਮੁੰਡਿਆਂ ਨੂੰ ਸਪੈਸ਼ਲ ਚਿੱਟੇ ਤੋਂ ਜਿਹੜੇ ਪੰਜਾਬ ਦੇ ਮੁੰਡੇ ਵੀ ਕੁੜੀਆਂ ਵੀ ਦੋਨਾਂ ਨੇ ਬਚਾਵੇ ਦੇਖਦੇ ਬਸ ਯਾਰ ਕੀ ਗੱਲ ਦੇਖੋ ਦੇਖ ਲੱਗ ਗਿਆ ਯਾਰ ਹਵਾ ਚ ਲੱਗ ਗਿਆ ਚਲੋ ਜੀ ਪੈਟਰੋਲ ਦਾ ਹੋ ਗਿਆ ਤੇ ਹੁਣ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਸਟੇਸ਼ਨ ਤੇ ਕੈਮਰਾ ਅਸੀਂ ਹੁਣ ਔਨ ਕੀਤਾ ਲੇਕਿਨ ਅਸੀਂ ਪਿਛਲੇ 20 ਮਿੰਟਾਂ ਤੋਂ ਬੈਂਕ ਲੱਭ ਰਹੇ ਹਾਂ ਆਹੀ ਏਰੀਏ ਦੇ ਵਿੱਚ ਅਸੀਂ ਗੇੜੇ ਦੇ ਥੱਕ ਗਏ ਅੰਦਰ ਸਾਨੂੰ ਹੁਣ ਮਿਲਦੀ ਨਹੀਂ ਪਾਰਕਿੰਗ ਜੇ ਸਾਨੂੰ ਪਾਰਕਿੰਗ ਮਿਲ ਜੇ ਨੇੜੇ ਤੇੜੇ ਪਾਰਕਿੰਗ ਮਿਲ ਜੇ ਦੂਰ ਇੰਨੀ ਦੂਰ ਆ ਕੇ ਜਾ ਕੇ ਪੈਦਲ ਹੈ ਨਾ ਫਿਰ ਉਹਦਾ ਕੀ ਫਾਇਦਾ ਕਿਉਂ ਸਲੀਮ ਇੱਥੇ ਆਹ ਏਰੀਏ 'ਚ ਮੈਂ ਬਹੁਤ ਘੁੰਮਿਆ ਹੋਇਆ ਬਹੁਤ ਆਉਂਦਾ ਰਿਹਾ ਮੇਰੇ ਕੋਲ ਇਹ ਰਹਿੰਦਾ ਹੁੰਦਾ ਸੀ ਇੱਥੇ ਮੈਂ ਰਹਿੰਦਾ ਹੁੰਦਾ ਸੀ ਅਲੈਨ ਯਾਦਾਂ ਆ ਗਈਆਂ ਪੁਰਾਣੀਆਂ ਚਲੋ ਕੋਈ ਗੱਲ ਨਹੀਂ ਲੇਕਿਨ ਫਿਰ ਵੀ ਹੁਣ ਮੁਸ਼ਕਤ ਕਰਦੇ ਹਾਂ ਅਸੀਂ ਲੱਭਦੇ ਹਾਂ ਪਾਰਕਿੰਗ ਉਹਦੇ ਨੇੜੇ ਤੇੜੇ ਫਿਰ ਅੰਦਰ ਜਾ ਕੇ ਉਹਦੇ ਅੰਦਰ SBI ਬੈਂਕ ਹੈਗੀ ਆ ਫਿਰ ਆਪਾਂ ਕਰਦੇ ਹਾਂ NRI ਅਕਾਊਂਟ ਓਪਨ ਦੇਖਦੇ ਹਾਂ ਕੀ ਰਿਕੁਆਇਰਮੈਂਟ ਆ ਠੀਕ ਆ ਆਹ ਦੇ ਬਾਹਰ ਏਰੀਆ ਲਓ ਜੀ ਫਾਈਨਲੀ ਆਪਣੀ ਹੋ ਗਈ ਬੱਲੇ ਬੱਲੇ ਮਿਲੀ ਵੀ ਤਾਂ ਮੇਨ ਰੋਡ ਦੇ ਉੱਤੇ ਆਪਾਂ ਉਤਰ ਕੇ ਜਾਂਦੇ ਹਾਂ ਅੰਦਰ ਫਿਰ ਉਹ ਪਾਰਕਿੰਗ ਲਾ ਲਈ ਪਾਰਕਿੰਗ ਹੈ ਅਲੱਗ ਹੁਣ ਪਾਊਗਾ ਪੈਸੇ ਪਾਰਕਿੰਗ ਦੇ ਹੁਣ ਆਪਾਂ ਅੰਦਰ ਜਾ ਕੇ ਕੰਮ ਕਰ ਗਏ ਇਹਦੇ ਵਿੱਚ ਲੱਭ ਕਿਹੜੀ ਫਸਟ ਫਲੋਰ ਤੇ ਪੁੱਛਿਆ ਸਿਕਿਉਰਿਟੀ ਨੂੰ ਜੇ ਹੁਣ ਫਸਟ ਫਲੋਰ ਤੇ ਕੀ ਕਹਾਣੀ ਪੈਂਦੀ ਹੈ SBI ਬੈਂਕ ਦੀ ਆਪਾਂ ਪਾਉਣੇ ਧੱਕ ਫਿਰ NRI ਅਕਾਊਂਟ ਦਾ ਫੋਰਮ ਫਿਲ ਕਰ ਰਿਹਾ ਵਾ ਇੱਥੇ ਸਿਟੀ ਟਾਊਨ ਡਿਸਟ੍ਰਿਕਟ ਇੰਨਾ ਟਾਈਮ ਗੂਰ ਜਲਦੀ ਕਰੋ ਲਓ ਮਿੱਤਰੋ ਇੱਕ ਕਿਲੋ ਮਿੰਟ ਦੀ ਹੋਣੀ ਹੈ ਜਿਹੜੀ ਫੁਟੇਜ ਅੰਦਰ ਆਪਾਂ ਨੂੰ ਮਿਲੂਗੀ ਅਤੇ NRI ਅਕਾਊਂਟ ਭਰ ਕੇ ਫੋਰਮ ਫਿਲ ਅਪ ਕਰਕੇ ਡਿਪੋਜ਼ਿਟ ਕਰਕੇ ਸਾਰਾ ਕੁਛ ਫੋਰਮੈਲਿਟੀ ਪੂਰੀ ਕਰਕੇ ਹੁਣ ਨਹੀਂ ਸਪੀਡ ਗੱਡੀ ਹਵਾ ਬਹੁਤ ਚੱਲਦੀ ਆ ਚਲੋ
ਜਿਹੜੀ ਗੱਡੀ ਵਾਲੇ ਨੂੰ ਮੌਜ ਲੱਗਣੀ ਹੈ। ਲੋ ਵੀ ਮਿੱਤਰੋ ਆਪਣਾ ਐਨਆਰਆਈ ਬੈਂਕ ਦਾ ਕੰਮ ਹੋ ਗਿਆ ਖਤਮ। ਉਹਨਾਂ ਨੇ ਸਾਨੂੰ ਟਾਈਮ ਦਿੱਤਾ ਵੀ 4 ਤੋਂ 5 ਹਫ਼ਤੇ 6 ਹਫ਼ਤੇ ਤੱਕ ਤੁਹਾਡਾ ਸਾਰਾ ਡੈਬਿਟ ਕਾਰਡ ਚੈੱਕ ਬੁੱਕ ਇਹ ਉਹ ਲਟਰਮ ਪਟਰਮ ਆਜੂ ਸਾਰਾ ਕੁਝ ਹੈ ਕਿ ਨਹੀਂ। ਏਸੀ ਸੁੱਟ ਯਾਰ ਮਤਲਬ ਧੁੱਪੇ ਖੜੀ ਸੀ ਗੱਡੀ ਇੰਨੀ ਗਰਮੀ ਮੈਂ ਨਹੀਂ ਚੱਲ ਸਕਦਾ। ਅਤੇ ਥੋੜ੍ਹੀ ਜਿਹੀ ਮਤਲਬ 1-2 ਸਕਿੰਟ ਦੀ ਇਹਨੇ ਵੀਡੀਓ ਬਣਾਈ ਅੰਦਰ ਮਤਲਬ ਤੁਹਾਨੂੰ ਪਤਾ ਹੀ ਆ ਨਹੀਂ ਬਣਾ ਸਕਦੇ ਉੱਥੇ। ਆਪਣਾ ਕੰਮ ਖਤਮ ਹੋ ਗਿਆ ਹੁਣ ਆਪਾਂ ਚੱਲਿਆ ਸਿੱਧਾ ਫੋਨ ਲੈਣ ਕਿਉਂਕਿ ਫਿਰ ਟਾਈਮ ਨਾਲ ਬੱਚੂ ਸਾਡਾ ਲੇਟ ਹੋ ਜੂਗਾ। 2 ਵਜੇ ਤਾਂ ਅਸੀਂ ਉੱਥੇ ਪਹੁੰਚਣਾ, ਅੱਧਾ ਘੰਟਾ ਪੂਰਾ ਪਿਆ 2 ਵਜੇ ਅਸੀਂ ਇੱਥੋਂ ਪਹੁੰਚਣਾ ਅਤੇ ਟ੍ਰੈਫਿਕ ਵੀ ਮਿਲਣਾ ਥੋੜ੍ਹਾ ਦੂਰ ਵੀ ਆ। ਸਲੀਮ ਕਰੂਗਾ ਇੱਦਾਂ ਆਤਰ ਲਾਵਾਂ ਅਤੇ ਮਿਲਦੇ ਆ ਫਿਰ ਤੁਹਾਨੂੰ ਰਾਹ ਦੇ ਵਿੱਚ ਹੁਣ ਹੈ ਨਾ। ਐਸ ਬੀ ਵਾਲਿਆਂ ਦਾ ਉਹਨਾਂ ਨੇ ਜਿਹੜੇ ਦੁਬਈ ਦੇ ਵਿੱਚ ਰਹਿੰਦੇ ਹਾਂ ਆਪਾਂ ਰੈਜੀਡੈਂਸੀ ਹੈਗੇ ਹਾਂ ਠੀਕ ਆ, ਉਹਨਾਂ ਨੇ ਮੇਰੇ ਤੋਂ ਕੀ ਡਾਕੂਮੈਂਟ ਰਿਕੁਆਇਰ ਕੀਤੇ ਆ, ਪਾਸਪੋਰਟ ਕਾਪੀ ਫਰੰਟ ਅਤੇ ਬੈਕ ਸਾਈਡ ਅਤੇ ਵੀਜ਼ਾ ਕਾਪੀ ਠੀਕ ਆ। ਉਹ ਤੁਸੀਂ ਪਾਸਪੋਰਟ ਲੈ ਕੇ ਇੱਥੇ ਆ ਜਾਓ, ਆਪ ਹੀ ਕਾਪੀ ਕਰ ਲੈਂਦੇ ਨੇ ਅਤੇ ਤੁਹਾਡੀ ਹੋ ਗਈ ਨਾਲ ਐਮਰੇਟਸ ਆਈ ਡੀ ਵੈਲਿਡ। ਫਿਰ ਇੱਕ ਤੁਹਾਡੀ ਚਾਹੀਦੀ ਆ ਫੋਟੋ ਪਾਸਪੋਰਟ ਸਾਈਜ਼। ਫਿਰ ਤੁਹਾਨੂੰ ਫੋਰਮ ਦੇਣਗੇ ਅੰਦਰ ਜਾਂਦੇ ਰਿਸੈਪਸ਼ਨ 'ਤੇ, ਫੋਰਮ ਦੇ ਕੇ ਉਹ ਸਾਰਾ ਤੁਹਾਨੂੰ ਗਾਈਡ ਕਰ ਦੇਣਗੇ ਕਿੱਥੇ ਕਿੱਥੇ ਕੀ ਕੀ ਭਰਨਾ, ਟਿੱਕ ਮਾਰਕ ਕਰ ਦੇਣਾ ਜਿੱਥੇ ਤੁਹਾਡੇ ਸਾਈਨ ਚਾਹੀਦੇ ਹੋਏ ਠੀਕ ਆ। ਅਤੇ ਉਹ ਸਾਰਾ ਫੋਰਮ ਨੂੰ ਲੱਗਣਾ ਤੁਹਾਨੂੰ ਮੈਨੂੰ ਲੱਗਦਾ ਲੱਗ ਜਾਂਦੇ ਆ 15-20-25 ਮਿੰਟ ਤਾਂ ਆਰਾਮ ਨਾਲ ਲੱਗ ਜਾਂਦੇ ਆ ਭਰਨ। ਅਤੇ ਉਹ ਭਰ ਕੇ ਤੁਸੀਂ ਕਾਊਂਟਰ ਨੰਬਰ 2 ਉੱਤੇ ਦੇਣਾ, ਕਾਊਂਟਰ ਨੰਬਰ 2 ਤੋਂ ਸਾਰਾ ਕੰਮ ਕਰਾਈ ਜਾਂਦੇ ਹੋ ਅਤੇ ਕਾਊਂਟਰ ਨੰਬਰ 2 'ਤੇ ਉਹਨੇ ਵੈਰੀਫਾਈ ਕਰਕੇ ਸਾਰੀ ਨੁਕਤਾਚੀਨੀ ਕਰਕੇ ਸਾਰਾ ਕੁਛ ਸਟੈਪਲਰ ਕਰਕੇ ਹੈ ਨਾ ਉੱਥੇ ਤੁਹਾਨੂੰ ਕਾਪੀ ਡਾਕੂਮੈਂਟ ਸਾਰੇ ਕਰਕੇ ਰੱਖ ਕੇ ਐਨ ਤਸੱਲੀ ਬਕਸ ਹੈ ਨਾ। ਤੁਹਾਨੂੰ ਫਿਰ ਉਹਨੇ ਟਾਈਮ ਦੇਣਾ ਵੀ ਇੰਨੇ ਟਾਈਮ ਬਾਅਦ ਆ ਕੇ ਅਸੀਂ ਤੁਹਾਨੂੰ ਫੋਨ ਕਰਾਂਗੇ। ਫੋਨ ਕਰਨ ਤੋਂ ਬਾਅਦ ਇੱਥੇ ਸਾਡੇ ਆਫਿਸ 'ਚ ਆਓ ਆਪਦਾ, ਜਿਵੇਂ ਅੱਜ ਇਹਨੇ ਆਹ ਫੜਿਆ ਸਾਰਾ ਸਮਾਨ ਇਹਦੇ ਵਿੱਚ ਡੈਬਿਟ ਕਾਰਡ ਚੈੱਕ ਬੁੱਕ ਸਾਰਾ ਕੁਛ ਇਹਦੇ ਚਾਹੀਦਾ ਹੈ ਨਾ। ਕਿੰਨਾ ਟਾਈਮ ਹੋ ਗਿਆ ਬਣਿਆ ਇਹਨੂੰ? 6 ਮਹੀਨੇ ਹੋ ਗਏ। ਇਹ ਤਾਂ ਚੱਲ ਇਹ ਪਿਆ ਉੱਥੇ ਹੀ ਨਾਲ ਹੀ ਲੇਜ਼ੀ ਬੰਦੇ ਦਾ ਕੀ ਆ। ਹੁਣ ਤੁਹਾਨੂੰ ਡਿਟੇਲ ਸਮਝ ਆ ਗਈ ਹੈ ਨਾ। ਐਡਰੈਸ ਆਪਾਂ ਬੇਸ਼ੱਕ ਦੀ ਲਿੰਕ ਵਿੱਚ ਪਾ ਦਾਂਗੇ ਡਿਸਕ੍ਰਿਪਸ਼ਨ 'ਚ। ਕੋਈ ਮੇਰਾ ਵੀਰ ਭਰਾ ਦੁਬਈ ਦੇ ਵਿੱਚ ਨੇੜੇ ਤੇੜੇ ਰਹਿੰਦਾ ਹੋਵੇ, ਉਹਨੇ ਐਨਆਰਆਈ ਅਕਾਊਂਟ ਖੁਲਾਉਣਾ ਹੋਵੇ ਤਾਂ ਆ ਗਏ ਮੈਂ ਪਾ ਲਾਂਗਾ ਟੈਨਸ਼ਨ ਨੂੰ ਇਹਨੂੰ ਲੱਭਣਾ ਮੈਂ ਲੱਭ ਲਾਂਗਾ, ਕੋਈ ਵੱਡੀ ਗੱਲ ਨਹੀਂ ਇੱਥੋਂ ਲੱਭ ਲਾਂਗਾ ਇੱਥੋਂ ਦੇਖੋ ਠੀਕ ਆ। ਇਹ ਤੁਹਾਨੂੰ ਡਿਟੇਲ ਆਪਾਂ ਦੇ ਦੀ, ਗੁੱਡ ਬਾਏ ਹੋ ਗਿਆ ਕਿ ਨਹੀਂ ਹੋ ਗਿਆ। ਹੁਣ ਆਪਣਾ ਥੰਬਨੇਲ ਕੀ ਆਊਗਾ, ਹਾਊ ਟੂ ਓਪਨ ਐਨਆਰਆਈ ਅਕਾਊਂਟ ਇਨ SBI ਬੈਂਕ ਠੀਕ ਆ, ਇੱਦਾਂ ਕਰਕੇ। ਚਲੋ ਜੀ ਮਿਲਦੇ ਹਾਂ। ਸਾਲਿਕ ਚਾਚਾ, ਸਾਲਿਕ ਚਾਚਾ ਪਿਕ ਕਰ ਲਿਆ। ਹੇ ਆਪੂ ਵੈਲਕਮ ਬੈਕ ਆਪੂ ਟੂ ਮਾਈ ਪਲੇਸ, ਹਾਊ ਆਰ ਯੂ ਗੁੱਡ? ਤੇਰਾ ਪੀਜ਼ਾ ਖਾ ਗਿਆ ਸੀ ਮੈਂ ਰਾਤ ਘਰੇ ਸਾਰਾ ਹੀ। ਤੇ ਹੁਣ ਆਪਾਂ ਸਿੱਧਾ ਜਾ ਰਹੇ ਘਰ ਨੂੰ ਹੈ ਨਾ, ਤੇ ਆਪਾਂ ਫਿਰ ਘਰੇ ਪਹੁੰਚ ਕੇ ਤੁਹਾਡੇ ਨਾਲ ਗੱਲਬਾਤ ਕਰਦੇ। ਕਿਵੇਂ ਫੀਲ ਹੋ ਰਹੀ ਸਕੂਲ ਦਾ ਬੈਗ ਪਾ ਕੇ ਮੋਢੇ 'ਚ? ਹਾਂ ਸਕੂਲ ਵਾਲੀ ਫੀਲਿੰਗ ਬਿਲਕੁਲ ਘੈਂਟ ਤਰੀਕੇ ਵਾਲੀ ਹੈ ਨਾ। ਆਹ ਜਾ ਰਿਹਾ ਆਹੂ ਅਤੇ ਆਪਣਾ ਕੰਮ ਸਾਰੇ ਜਿਹੜੇ ਗਏ ਸੀ ਕਰਤੇ ਆ ਖਤਮ ਹੈ ਕਿ ਨਹੀਂ ਵਧੀਆ ਤਰੀਕੇ ਨਾਲ। ਕੰਮ ਸਾਰੇ ਆਪਾਂ ਨਿਬੇੜਤੇ ਫਿਨਿਸ਼ ਹੋ ਗਏ, ਹੁਣ ਆਪਾਂ ਚੱਲੇ ਘਰੇ, ਕੋਈ ਐਕਟੀਵਿਟੀ ਹੋਈ ਜ਼ਰੂਰ ਐਡ ਕਰਾਂਗੇ, ਅਦਰਵਾਈਜ਼ ਓਕੇ। ਆਹੋ ਦੇ